ਜਲੰਧਰ ਜਿਮਣੀ ਚੋਣ ਲਈ ਹੁਣ ਜਿਸ ਤਰ੍ਹਾਂ ਐਕਸ ਸੀਐਮ ਚਰਨਜੀਤ ਚੰਨੀ ਨੇ ਜਲੰਧਰ ਡੇਰੇ ਲਗਾਏ ਸੀਗੇ ਅਤੇ ਬਹੁਤ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਸੀ, ਉਸ ਤੋਂ ਬਾਅਦ ਹੁਣ 13-0 ਦਾ ਨਾਰਾ ਲਾਉਣ ਵਾਲੇ ਸੀਐਮ ਭਗਵੰਤ ਮਾਨ ਵੀ ਜਿਹੜੇ ਆ ਉਹ ਜਲੰਧਰ ਦੇ ਵਿੱਚ ਡੇਰਾ ਲਗਾਉਣ ਜਾ ਰਹੇ ਨੇ। ਜਿਮਨੀ ਚੋਣ ਲਈ ਸੀਐਮ ਮਾਨ ਜਿਹੜਾ ਭਗਵੰਤ ਮਾਨ ਆ ਉਹ ਜਲੰਧਰ ਦੇ ਵਿੱਚ ਪੱਕੇ ਡੇਰੇ ਲਾਉਣ ਦੀ ਤਿਆਰੀ ਕਰ ਰਹੇ ਨੇ ਅਤੇ ਉਹਨਾਂ ਨੇ ਜਿਹੜਾ ਵਾ ਉਹ ਕਿਰਾਏ 'ਤੇ ਘਰ ਵੀ ਜਿਹੜਾ ਉਹ ਜਲੰਧਰ ਦੇ ਵਿੱਚ ਲੈ ਲਿਆ ਹੈ। 13 ਚੋਂ 3 ਸੀਟਾਂ ਜਿੱਤਣ ਤੋਂ ਬਾਅਦ ਜਿਹੜੀ ਘਬਰਾਈ ਜਿਹੜੀ ਆਮ ਆਦਮੀ ਪਾਰਟੀ ਹੁਣ ਉਹਨਾਂ ਦੇ ਜਿਹੜੇ ਸੀਐਮ ਆ ਜਲੰਧਰ ਦੇ ਵਿੱਚ ਡੇਰਾ ਲਗਾਉਣ ਜਾ ਰਹੇ ਨੇ। ਪੰਜਾਬ 'ਚ ਲੋਕ ਸਭਾ ਚੋਣਾਂ ਮਿਸ਼ਨ 13-0 ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਭਰੋਸੇਯੋਗਤਾ ਦਾ 'ਤੇ ਲੱਗ ਗਈ ਹੈ। ਸਿਰਫ 3 ਲੋਕ ਸਭਾ ਜਿੱਤਣ ਤੋਂ ਬਾਅਦ ਹੁਣ ਸਿਰਫ 1 ਵਿਧਾਨ ਸਭਾ ਸੀਟ ਆਪ ਦਾ ਅਕਸ ਸੁਧਾਰ ਕਰ ਸਕਦੀ ਹੈ। ਇਹ ਸੀਟ ਜਲੰਧਰ ਪੱਛਮੀ ਵਿਧਾਨ ਸਭਾ ਜਲੰਧਰ ਨਾਲ ਸੰਬੰਧਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਜਿਮਣੀ ਚੋਣ ਲਈ ਤਿਆਰੀ ਤੇਜ਼ ਕਰ ਦਿੱਤੀ ਹੈ। ਜਲੰਧਰ ਦੀ ਜਿਮਣੀ ਚੋਣ ਲਈ ਤਿਆਰੀਆਂ ਤੇਜ਼ ਕਰਨ ਤੋਂ ਬਾਅਦ ਸੂਤਰਾਂ ਮੁਤਾਬਕ ਸੀਐਮ ਮਾਨ ਜਿਹੜੇ ਹੁਣ ਲੋਕ ਸਭਾ ਚੋਣਾਂ ਖਤਮ ਹੁੰਦੇ ਸਾਰ ਜਿਹੜਾ ਵਾ ਜਲੰਧਰ ਦੇ ਵਿੱਚ ਡੇਰਾ ਜਿਹੜਾ ਲਗਾ ਸਕਦੇ ਨੇ। ਜਲੰਧਰ ਛਾਉਣੀ ਦੇ ਦੀਪਨਗਰ ਵਿੱਚ ਕਿਰਾਏ 'ਤੇ ਮਕਾਨ ਵਿੱਚ ਰਹਿਣਗੇ। ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਜਿਹੜਾ ਜਲੰਧਰ ਦੇ ਵਿੱਚ ਰਹਿਣਗੇ। ਦੀਪਨਗਰ ਦੇ ਵਿੱਚ ਜਲੰਧਰ ਦੇ ਵਿੱਚ ਜਿਹੜੀ ਆ ਕੋਠੀ ਦੇ ਵਿੱਚ ਲੈਣਗੇ, ਉਹ ਕਿਰਾਏ 'ਤੇ ਜਿਹੜੀ ਕੋਠੀ ਲੈ ਲਿੱਤੀ ਗਈ ਹੈ। ਉਹਨਾਂ ਦੇ ਜਿਹੜੇ ਨਾਲ ਰਹਿਣਗੇ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਜਿਹੜੀ ਭੈਣ ਆ ਸੀਐਮ ਮਾਨ ਜਲਦ ਹੀ ਦੀਪਨਗਰ ਸ਼ਿਫਟ ਹੋ ਜਾਣਗੇ। ਸੂਤਰਾਂ ਮੁਤਾਬਕ ਇਹ ਫੈਸਲਾ ਕੱਲ੍ਹ ਚੰਡੀਗੜ੍ਹ 'ਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਦੱਸ ਦਈਏ ਕਿ ਮਹਿਜ ਜਿਮਣੀ ਚੋਣਾਂ ਤੱਕ ਹੀ ਨਹੀਂ ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਹ ਉਹਨਾਂ ਦਾ ਨਵਾਂ ਟਿਕਾਣਾ ਹੋਏਗਾ। ਜਲੰਧਰ ਵਿੱਚ ਪੱਕੇ ਜਿਹੜੇ ਡੇਰੇ ਆ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਉਹ ਜਲੰਧਰ ਦੇ ਛਾਉਣੀ ਦੇ ਵਿੱਚ ਜਲੰਧਰ ਦਾ ਇੱਕ ਦੀਪਨਗਰ ਇਲਾਕਾ ਉਸਦੇ ਵਿੱਚ ਜਿਹੜੇ ਡੇਰੇ ਪੱਕੇ ਲਾਉਣ ਦੀ ਜਿਹੜੀਆਂ ਤਿਆਰੀਆਂ ਕਰ ਚੁੱਕੇ ਨੇ। 3 ਦਿਨ ਇਸ ਇਲਾਕੇ ਵਿੱਚ ਹਾਜ਼ਰ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿ ਤਾਂ ਕਿ ਇਸ ਨਾਲ ਉਹ ਦੁਆਬਾ ਅਤੇ ਮਾਝਾ ਖੇਤਰ ਦੇ ਆਗੂਆਂ ਦੇ ਲੋਕਾਂ ਦਾ ਜਿਹੜੀ ਨੇੜਤਾ ਵਾ ਉਹ ਵਧਾ ਸਕਣ। ਜ਼ਿਕਰ ਕਰ ਦਈਏ ਕਿ ਜਲੰਧਰੀ ਪੱਛਮੀ ਹਲਕੇ 'ਚ ਹੋਣ ਵਾਲੀ ਜਿਮਣੀ ਚੋਣ ਲਈ ਆਮ ਆਦਮੀ ਪਾਰਟੀ ਜ਼ੋਰਾਂ ਸ਼ੋਰਾਂ 'ਤੇ ਤਿਆਰੀਆਂ ਕਰ ਰਹੀਆਂ ਨੇ, ਕਿਉਂਕਿ ਸੂਬੇ 'ਚ ਆਪ ਪਾਰਟੀ ਦੀ ਸਰਕਾਰ ਹੈ ਅਤੇ ਅਸਤੀਫਾ ਦੇਣ ਵਾਲੇ ਵਿਧਾਇਕ ਸ਼ੀਤਲ ਅਗਰਵਾਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਸੀ ਪਹਿਲਾਂ ਅਤੇ ਬਾਅਦ ਵਿੱਚ BJP ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਅਸਤੀਫਾ ਦੇ ਦਿੱਤਾ ਸੀ। ਪਰ ਲੋਕ ਸਭਾ ਚੋਣਾਂ ਖਤਮ ਹੁੰਦੇ ਸਾਰ ਹੀ ਉਹਨਾਂ ਨੇ ਇੱਕ ਬਹੁਤ ਵੱਡੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹਨਾਂ ਨੇ ਆਪਣਾ ਅਸਤੀਫਾ ਲੈਣ ਦੀ ਗੱਲ ਕੀਤੀ, ਜਿਸ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੈਂ ਸਰਕਾਰ ਦਾ ਜਿਹੜਾ ਖਰਚਾ ਹੋਣ ਜਿਹੜਾ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਸਰਕਾਰ ਨੂੰ ਜਿਹੜਾ ਨੁਕਸਾਨ ਹੋਏਗਾ ਆਮ ਜਨਤਾ ਦਾ ਪੈਸਾ। ਪਰ ਸਪੀਕਰ ਵੱਲੋਂ ਉਹਨਾਂ ਦਾ ਜਿਹੜਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿੱਤਾ ਗਿਆ। ਗੱਲ ਕਰੀਏ ਕਿ ਸ਼ੀਤਲ ਰਾਗ ਵੱਲੋਂ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਸੀਗਾ, BJP ਜੁਆਇਨ ਕਰ ਲਈ ਗਈ ਸੀ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ਼ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਸਾਡੇ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਅਤੇ ਆਮ ਆਦਮੀ ਪਾਰਟੀ ਵਿੱਚ ਵਿਧਾਇਕ ਦੀ ਜਿਹੜੀ ਵਿਧਾਇਕ ਨੂੰ ਜਿਹੜਾ ਬੋਲਣ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਅਸਤੀਫਾ ਦੇ ਦਿੱਤਾ ਗਿਆ, ਉਸ ਤੋਂ ਬਾਅਦ ਸਪੀਕਰ ਵੱਲੋਂ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਵਾ ਉਹ ਐਲਾਨ ਕਰ ਦਿੱਤਾ ਗਿਆ ਕਿ ਮਈ ਦੇ ਵਿੱਚ ਜਿਹੜੇ ਇਲੈਕਸ਼ਨ ਕੀਤੇ ਜਾਣਗੇ
ਜਿਹੜੀ ਵੋਟਿੰਗ ਹੋਏਗੀ ਮਈ ਦੇ ਵਿੱਚ ਹੋਏਗੀ, ਅਤੇ ਉਸ ਤੋਂ ਬਾਅਦ ਜਿਹੜਾ ਹੁਣ ਹਰ ਇੱਕ ਪਾਰਟੀ ਜਿਹੜੀ ਆ ਵਾ ਤਿਆਰੀਆਂ ਜਿਹੜੀਆਂ ਖਿੱਚ ਲਈਆਂ ਵਾ ਉਸਨੇ ਆਪਣੀਆਂ, ਅਤੇ ਸੀਐਮ ਮਾਨ ਜਿਹੜਾ ਜਲੰਧਰ ਦੇ ਵਿੱਚ ਡੇਰੇ ਲਗਾਉਣਗੇ। ਜਿਸ ਤਰ੍ਹਾਂ ਸੀਐਮ ਐਕਸ ਸੀਐਮ ਚਰਨਜੀਤ ਚੰਨੀ ਨੇ ਡੇਰੇ ਲਗਾਏ ਸੀ, ਉਸਨੂੰ ਦੇਖ ਕੇ ਹੀ ਸ਼ਾਇਦ ਭਗਵੰਤ ਮਾਨ ਵੀ ਜਿਹੜਾ ਜਲੰਧਰ ਦੇ ਵਿੱਚ ਪੱਕੇ ਡੇਰੇ ਲਾਉਣ ਨੂੰ ਜਿਹੜਾ ਦੀਪਨਗਰ ਦੇ ਵਿੱਚ ਕੋਠੀ ਕਿਰਾਏ 'ਤੇ ਲੈ ਲਈ, ਜਿਸ ਦੇ ਵਿੱਚ ਸੀਐਮ ਮਾਨ ਦੀ ਪਤਨੀ ਅਤੇ ਉਹਨਾਂ ਦੀ ਭੈਣ ਜਿਹੜੀ ਆ ਇੱਥੇ ਰੁਕੇਗੀ। ਪੱਕੇ ਡੇਰੇ 2027 ਤੀਕਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ, 2027 ਦੀਆਂ ਚੋਣਾਂ ਤੱਕ ਜਿਹੜਾ ਵਾ ਉਹ ਜਲੰਧਰ ਦੇ ਵਿੱਚ ਸੀਐਮ ਮਾਨ ਜਿਹੜੇ ਆ ਉਹ ਡੇਰੇ ਲਗਾ ਸਕਦੇ ਨੇ। ਕੀ ਕੁਝ ਕਹਿਣਾ ਵਾ ਇਸ ਖਬਰ ਉੱਤੇ ਤੁਹਾਡਾ, ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਹੁਤ ਬਹੁਤ ਤੁਹਾਡਾ ਧੰਨਵਾਦ।